ਦੇ ਅੱਜ ਤੇ ਕੋਈ ਮਿੱਠਾ ਖਾਣ ਨੂੰ ਜੀ ਕਰਦਾ ਇਹ ਕਿਹੜੀ ਗੱਲ ਕੀਤੀ ਡੈਡੀ ਜੀ ਮੰਮੀ ਨੂੰ ਕਹਿੰਨੇ ਉਹਨਾਂ ਝਟ ਕੜਾ ਤਿਆਰ ਕਰ ਦੇਣਾ ਨਹੀਂ ਨਹੀਂ ਸੇਵੀਆਂ ਖਾਣ ਨੂੰ ਜੀ ਕਰਦਾ ਨਹੀਂ ਡੈਡੀ ਜੀ ਕੜਾ ਬਣਾਉਂਦੇ ਆ ਨਹੀਂ ਨਹੀਂ ਬਣਾਉਣੀਆਂ ਸੇਵੀਆਂ ਹੀ ਆ ਪਰ ਉਹ ਵੀ ਕਹਿਣਾ ਪ੍ਰੀਤ ਨੂੰ ਵੀ ਤੂੰ ਬਣਾ ਪ੍ਰੀਤ ਸਵਾਦ ਬਣਾਉਂਦੀ ਆ ਉਹ ਕੋਈ ਨਹੀਂ ਪ੍ਰੀਤ ਸਵਾਦ ਬਣਾਉਂਦੀ ਆ ਤੇ ਕੜਾ ਬਣਵਾ ਲੈਨੇ ਅੱਜ ਸੇਵੀਆਂ ਫੇਰ ਕਿਸੇ ਦਿਨ ਖਾ ਲਾਂਗੇ ਚੱਲ ਠੀਕ ਹੈ ਫਿਰ ਘਰ ਜਾ ਕੇ ਪਤਾ ਲੱਗ ਜਾਂਦਾ ਵੀ ਕਿਹਦੀ ਮੰਨੀ ਜਾਂਦੀ ਆ ਤੇਰੀ ਮੰਨੀ ਜਾਂਦੀ ਆ ਕਿ ਮੇਰੀ ਮੰਨੀ ਜਾਂਦੀ ਆ ਚਲੋ ਆ ਜਾਓ ਇਹ ਕਿਹੜੀ ਗੱਲ ਆ ਪ੍ਰੀਤ ਸਿੰਘ ਆ ਹਾਂਜੀ ਅੱਜ ਤੱਕ ਮਿੱਠਾ ਖਾਣ ਨੂੰ ਜੀ ਕਰਦਾ ਤੇ ਕੋਈ ਨਹੀਂ ਡੈਡੀ ਜੀ ਮਿੱਠਾ ਬਣਾ ਰਹੇ ਆ ਦੱਸੋ ਮੇਰਾ ਸੇਵੀਆਂ ਖਾਣ ਨੂੰ ਜੀ ਕਰਦਾ ਨਹੀਂ ਮੈਂ ਕਹਿਣ ਦਾ ਕੜਾ ਬਣਾਈਏ ਅੱਜ ਸੇਵੀਆਂ ਫੇਰ ਕਿਸੇ ਦਿਨ ਬਣ ਜਾਣਗੀਆਂ ਮੰਨਣੀ ਤੇ ਡੈਡੀ ਦੀ ਆ ਮੈਂ ਤੇ ਜੋ ਡੈਡੀ ਕਹਿਣਗੇ ਫਿਰ ਮੈਂ ਉਹੀ ਉਹ ਕਰੂੰਗੀ ਕਦੀ ਮੇਰੀ ਵੀ ਮੰਨ ਲਿਆ ਕਰ ਡੈਡੀ ਦੀਆਂ ਸਾਰੀਆਂ ਚੱਲਦੀਆਂ ਹੀ ਆ ਤੇ ਡੈਡੀ ਦੇ ਘਰ ਚ ਵੱਡੇ ਆ ਤੇ ਡੈਡੀ ਦੀ ਮੰਨਣੀ ਆ ਨਾ ਡੈਡੀ ਜੀ ਮੈਂ ਸੇਵੀਆਂ ਬਣਾ ਦਿੰਦੀ ਆ ਚੱਲ ਚੱਲ ਠੀਕ ਆ ਬਾਬਾ ਬਣਾ ਲਓ ਸੇਵੀਆਂ ਠੀਕ ਹੈ ਠੀਕ ਹੈ ਸਾਹਮਣੇ ਇੱਥੇ ਲਿਖ ਦਿਓ 1 2 3 4 ਮੰਮੀ ਮੈਂ ਨਾ ਕੱਪੜੇ ਧੋਣ ਲੱਗੀ ਸੀ ਡੈਡੀ ਜੀ ਮੈਨੂੰ ਕਹਿੰਦੇ ਸੀ ਕਿ ਸੇਵੀਆਂ ਬਣਾ ਦਿਓ ਤੇ ਤੁਸੀਂ ਸੇਵੀਆਂ ਬਣਾ ਦੋਗੇ ਨਹੀਂ ਤੂੰ ਸੇਵੀਆਂ ਬਣਾ ਤੇਰੇ ਹੱਥ ਦੀਆਂ ਪਸੰਦ ਕਰਦੇ ਨੇ ਉਹ ਤਾਂ ਆਂਦੇ ਨੇ ਜ਼ਿਆਦਾ ਸਵਾਦ ਬਣਾਉਂਦੀ ਆ ਚਲੋ ਕੋਈ ਨਹੀਂ ਫਿਰ ਮੈਂ ਹੀ ਬਣਾ ਦਿੰਦੀ ਬਣਾ ਦੇ ਕਿੱਡੇ ਚਸਤੇ ਲੱਗੇ ਆ ਇਹਦੇ ਹੱਥ ਦੀ ਚੀਜ਼ ਸਵਾਦ ਲੱਗਦੀ ਭਲਾ ਇਹਨਾਂ ਨੂੰ ਕੋਈ ਨਹੀਂ ਐਰਕੀ ਮੈਂ ਵੀ ਕਰਦੀ ਹਾਂ ਨਾ ਇੰਤਜ਼ਾਮ ਇਹਦਾ ਜਿਹੜੀਆਂ ਇੰਨੀਆਂ ਸਿਫਤਾਂ ਹੁੰਦੀਆਂ ਇਹਦੀਆਂ ਜਿਹੜੇ ਮੂੰਹ ਨਾਲ ਤੁਸੀਂ ਸਿਫਤਾਂ ਕਰਦੇ ਜੇ ਨਾ ਉਸੇ ਮੂੰਹ ਨਾਲ ਐਰਕੀ ਇਹਦੀ ਡੰਡ ਲਾਉਂਗੇ ਵੀ ਆਹ ਕੀ ਬੇਕਾਰ ਚੀਜ਼ ਬਣਾਈ ਆ ਮੰਮੀ ਜੀ ਇੰਨੇ ਦੂਰ ਤੇ ਦੋਵੇਂ ਪੈਕਟ ਪਾ ਦਾਂ ਪਾ ਦੇ ਮੰਮੀ ਐਰਕੀ ਸੇਵੀਆਂ ਤੇ ਵੇਖਿਓ ਮੈਂ ਕਿੰਨੀਆਂ ਜ਼ਿਆਦਾ ਸਵਾਦ ਬਣਾਉਂਦੀ ਤੁਸੀਂ ਸੇਵੀਆਂ ਕੀ ਉਂਗਲਾਂ ਚੱਟਦੇ ਰਹਿ ਜਾਓਗੇ ਕੀ ਪਾਉਣਾ ਇਹੋ ਜਿਹਾ ਉਹ ਤੇ ਖਾਣ ਤੋਂ ਬਾਅਦ ਹੀ ਪਤਾ ਲੱਗੂਗਾ ਚੱਲ ਬਣਾ ਲੈ ਮੰਮੀ ਜੀ ਖੰਡ ਵੀ ਮੈਂ ਪਾ ਦਿੱਤੀ ਆ ਤੇ ਮੈਂ ਮਸ਼ੀਨ 'ਚ ਕੱਪੜੇ ਪਾਵਾਂ ਤੁਸੀਂ ਮਾੜਾ ਜਿਹਾ ਹੁਣ ਧਿਆਨ ਰੱਖ ਲਿਓ ਕਿਤੇ ਉੱਬਲ ਨਾ ਜਾਣ ਨਹੀਂ ਰੱਖਣੀ ਮੈਂ ਧਿਆਨ ਲਾ ਤੂੰ ਠੀਕ ਆ ਲੱਗਦਾ ਕਵਲ ਦਾ ਫੋਨ ਆਇਆ ਫੋਨ ਵੱਜਣ ਡਿਆ ਵੇਖਾਂ ਠੀਕ ਆ ਮੈਂ ਕਹਿਣ ਡਈ ਮੇਰੇ ਪੁੱਤ ਦਾ ਫੋਨ ਆ ਉਹੀ ਗੱਲ ਹੋਈ ਮੇਰੇ ਪੁੱਤ ਦਾ ਹੀ ਆਉਂ ਗਿਆ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਇੰਨੀ ਸਵਾਦ ਬਣਾਉਂਗੀ ਕਿ ਉਂਗਲਾਂ ਚੱਟਦੇ ਰਹਿ ਜਾਓਗੇ ਵੇਖੀ ਹਾਂ ਪਤਾ ਤਾਂ ਉਦੋਂ ਲੱਗਣਾ ਜਦੋਂ ਘਰਦਿਆਂ ਨੇ ਉਂਗਲਾਂ ਨਹੀਂ ਚੱਟਣੀਆਂ ਕੁੱਤੇ ਹੀ ਚੱਟਣਗੇ ਪਲੇਟਾਂ ਪ੍ਰੀਤ ਸਿੰਘ ਆ ਹਾਂਜੀ ਡੈਡੀ ਜੀ ਅਸੀਂ ਕਦੋਂ ਦੇ ਤੇਰੀਆਂ ਸੇਵੀਆਂ ਡਿੱਗਣ ਰਹੇ ਆ ਡੈਡੀ ਜੀ ਸੇਵੀਆਂ ਤਿਆਰ ਆ ਮੈਂ ਲੱਗੀਆਂ ਲਿਆਉਣ ਤੁਸੀਂ ਦੋਵੇਂ ਜਾਣੇ ਨਾ ਹੱਥ ਧੋਵੋ ਅਸੀਂ ਹੱਥ ਧੋ ਕੇ ਬੈਠੇ ਆ ਬੜੇ ਚਿਰਾਂ ਦੇ ਹਾਥੀ ਧਵਾਈ ਜਾਇਓ ਸਾਡੇ ਸੇਵੀਆਂ ਨਾ ਲਿਆਇਓ ਕੋਈ ਨੀ ਡੈਡੀ ਲੱਗੀਆਂ ਲਿਆਉਣ ਸਾਡੇ ਲਈ ਵੀ ਹੈਗੀਆਂ ਕਿ ਜਾਂ ਜਿਨ੍ਹਾਂ ਨੇ ਮੰਗੀਆਂ ਬਸ ਸਪੈਸ਼ਲ ਉਹਨਾਂ ਵਾਸਤੇ ਬਣੀਆਂ ਲਓ ਦੀਦੀ ਜੀ ਆਹ ਕਿਦਾਂ ਦੀ ਗੱਲ ਕੀਤੀ ਤੁਹਾਡੇ ਲਈ ਵੀ ਆ ਨਾਲੇ ਤੁਸੀਂ ਕਿਹੜੇ ਘਰੋਂ ਬਾਹਰ ਜੇ ਲੱਗਦਾ ਐਰਕੀ ਕੁਛ ਵੱਖਰਾ ਵਿੱਚ ਪਾਇਆ ਵਾ ਬੜੀ ਸੋਹਣੀ ਖੁਸ਼ਬੂ ਆਉਣ ਡਈ ਆ ਦੀਦੀ ਐਰਕੀ ਮੈਂ ਟਰਾਈ ਕੀਤੀ ਕੁਛ ਵੱਖਰਾ ਬਣਾਉਂਦੀ ਵੇਖੋ ਹੁਣ ਘਰਦਿਆਂ ਨੂੰ ਪਸੰਦ ਆਉਂਦੀਆਂ ਕਿ ਜਾਂ ਨਹੀਂ ਆਉਂਦੀਆਂ
ਘਰਦਿਆਂ ਨੂੰ ਤਾਂ ਆ ਹੀ ਜਾਣੀਆਂ, ਜਿੱਦਾਂ ਦੀਆਂ ਮਰਜ਼ੀ ਹੋਣ ਉਹਨਾਂ ਨੇ ਤਾਂ ਇਹੀ ਕਹਿਣਾ ਬੜੀਆਂ ਸਵਾਦ ਆ। ਚਲੋ ਆ ਜਾਓ ਹੁਣ ਖਾ ਲਓ ਗਰਮ ਗਰਮ। ਆ ਲਓ ਡੈਡੀ ਜੀ, ਅੱਜ ਨਾ ਮੈਂ ਤੁਹਾਡੀਆਂ ਮਨ ਪਸੰਦ ਦੀਆਂ ਬਣਾਈਆਂ, ਤੁਸੀਂ ਕੋਲੀਆਂ ਕੀ ਉਂਗਲੀਆਂ ਵੀ ਚੱਟਦੇ ਰਹਿ ਜਾਓਗੇ। ਆ ਲਓ ਦੀਦੀ। ਸੁਣਾ ਕਿੱਦਾਂ ਫਿਰ, ਚੱਲਦੀ ਚੱਟਦੀ ਕਿ ਨਹੀਂ? ਕੀ ਮਤਲਬ ਤੁਹਾਡਾ? ਉਹ ਮੇਰੇ ਨਾਲ ਜਿੱਦਦਾ ਸੀ, ਮੈਂ ਕਿਹਾ ਘਰ ਚੱਲ ਤੂੰ ਲੱਗ ਜਾਂਦਾ ਪਤਾ ਕਿਹਦੀ ਚੱਲਦੀ ਆ। ਚਲੋ ਹੁਣ ਗੱਲਾਂ ਹੀ ਕਰੀ ਜਾਣੀਆਂ, ਖਾਓ ਇਹਨੂੰ। ਡੈਡੀ ਜੀ ਕੀ ਗੱਲ ਹੋਈ ਆ, ਤੁਸੀਂ ਇਕਦਮ ਹੀ ਬਾਹਰ ਚੱਲ ਗਏ ਆ, ਨਾਲੇ ਸਾਨੂੰ ਵੀ ਰੋਕ ਗਏ ਆ, ਕਿਉਂ ਸਵਾਦ ਨਹੀਂ ਬਣੀ ਆ? ਪ੍ਰੀਤ ਸਿੰਘਾ ਆ ਕੀ ਬਣਾਤਾ ਈ ਓ, ਮਨ ਹੀ ਖੱਟਾ ਕਰਕੇ ਰੱਖ ਦਿੱਤਾ, ਸਾਰੀ ਭੁੱਖ ਹੀ ਮਰ ਗਈ ਆ। ਡੈਡੀ ਜੀ ਹੋਇਆ ਕੀ ਆ, ਦੱਸੋ ਤੇ ਸਹੀ ਮੈਨੂੰ। ਆ ਕੀ ਬਣਾਇਆ ਓ, ਤੂੰ ਤੇ ਉੱਥੇ ਕਹਿਣ ਦੀ ਸੀ ਕਿ ਮੈਂ ਕੋਈ ਵੱਖਰੀ ਚੀਜ਼ ਐਤਕੀ ਵਿੱਚ ਪਾਈ ਆ, ਘਰ ਦੇ ਉਂਗਲਾਂ ਚੱਟਦੇ ਰਹਿ ਜਾਣਗੇ, ਪਤਾ ਨਹੀਂ ਆ ਕੀ ਬਣਾਤਾ, ਮੈਨੂੰ ਤਾਂ ਲੱਗਦਾ ਤੂੰ ਉਹੀ ਸੁੱਤੀ ਨੇ ਬਣਾਈਆਂ, ਅੱਖਾਂ ਮੀਟ ਕੇ ਲੂਣ ਦੀ ਮੁੱਠ ਪਾਤੀ ਲੱਗਦਾ ਖੰਡ ਦੀ ਜਗ੍ਹਾ ਤੇ। ਲੂਣ ਖਾ ਕੇ ਵੇਖ। ਮੰਮੀ ਜੀ ਮੈਂ ਤੁਹਾਡੇ ਸਾਹਮਣੇ ਖੰਡ ਪਾਈ ਸੀ। ਆਹੋ ਉਹ ਤੇ ਮੇਰੇ ਸਾਹਮਣੇ ਖੰਡ ਪਾਉਂਦੀ ਆ, ਤੇ ਨੀਰਾ ਹੀ ਜ਼ਹਿਰ ਪਾਇਆ ਵਾ ਵਿੱਚ, ਵੇਖ ਲਓ ਖਾ ਕੇ ਨਹੀਂ ਯਕੀਨ ਹੈਗਾ ਤੇ। ਮੈਨੂੰ ਪੱਕਾ ਜਿੱਦਾਂ ਮੈਂ ਖੰਡ ਪਾਈ ਆ, ਮੈਂ ਏਡੀ ਥੋੜਾ ਛਦਾਣਾ ਕਿ ਮੈਂ ਲੂਣ ਪਾ ਦੂੰਗੀ? ਤੇ ਤੇਰੇ ਸਾਹਮਣੇ ਹੀ ਆ, ਖਾ ਕੇ ਵੇਖ ਲਾ। ਮੈਨੂੰ ਤੁਹਾਡੇ ਤੇ ਯਕੀਨ ਆ, ਮੈਂ ਕਿਹੜਾ ਕਹਿਣੀ ਕਿ ਤੁਸੀਂ ਸਾਰੇ ਜਣੇ ਝੂਠ ਬੋਲਣ ਦੇ ਆ। ਸਾਰਾ ਮੂੰਹ ਬੇਕਾਰ ਖਾ। ਇਹ ਕੀ ਹੋਇਆ, ਮੇਰੇ ਸਾਹਮਣੇ ਤੇ ਖੰਡ ਪਾਉਣ ਦੇਈ ਸੀ ਅਜੇ। ਹੋ ਸਕਦਾ ਭੁਲੇਖੇ ਨਾਲ ਪੈ ਗਈ ਹੋਵੇ। ਹੋ ਸਕਦਾ ਇਹ ਵੀ ਗੱਲ, ਪਰ ਨਹੀਂ ਵੀ ਕੀ ਏਡੀ ਥੋੜਾ ਗੱਲ ਆ, ਮੈਨੂੰ ਖੰਡ ਵਾਲੇ ਤੇ ਲੂਣ ਵਾਲੇ ਡੱਬੇ ਦਾ ਭੁਲੇਖਾ ਪੈ ਗਏ ਨਾਲੇ ਦੋਵਾਂ। ਮੈਂ ਵੀ ਵੇਖਾਂ ਭਲਾ ਗੱਲ ਕੀ ਆ। ਪ੍ਰੀਤ ਵਾਕਿਆ ਨੇਰਾ ਹੀ ਜ਼ਹਿਰ ਆ, ਇਹ ਨਹੀਂ ਖਾਣ ਵਾਲੀਆਂ, ਬਾਹਰ ਸੁੱਟ ਦੇ ਤੂੰ ਇਹਨਾਂ ਨੂੰ। ਸਿਫਤਾਂ ਤੇ ਅੱਜ ਐ ਸੁਣ ਲਈ ਸੀ ਕਿ ਪਤਾ ਨਹੀਂ ਕਿਹੜੀ ਅਲਾਈ ਚੀਜ਼ ਬਣ ਜਾਣੀ ਆ, ਪਰ ਪਤਾ ਤੇ ਲੱਗਦਾ ਨਹੀਂ ਕਿਹੜੀ ਚੀਜ਼ 'ਚ ਖੰਡ ਪੈਣੀ ਆ ਤੇ ਕਿਹੜੀ ਚੀਜ਼ 'ਚ ਲੂਣ ਪਾਉਣਾ ਆ। ਯਕੀਨ ਜਿੰਨਾ ਤੇਰੇ ਤੇ ਯਕੀਨ ਆ ਮੈਨੂੰ ਉਹਨਾਂ ਕਿਸੇ ਤੇ ਵੀ ਨਹੀਂ ਹੋਣਾ, ਪਰ ਤੂੰ ਅੱਜ ਸਾਰਾ ਯਕੀਨ ਨਾ ਮਿੱਟੀ ਦੇ ਵਿੱਚ ਹੀ ਮਿਲਾਤਾ। ਮੈਂ ਤਾਂ ਡੈਡੀ ਇੰਨੀਆਂ ਤੇਰੀਆਂ ਸਿਫਤਾਂ ਕਰਦੇ ਆਉਂਦੇ ਸੀ ਨਾ ਕਿ ਇੰਨੀ ਸਵਾਦ ਚੀਜ਼ ਬਣਾਉਂਦੀ ਆ, ਪਰ ਤੂੰ ਅੱਜ ਪਾਣੀ ਫੇਰਤਾ ਸਾਰੀਆਂ ਸਿਫਤਾਂ ਤੇ। ਇੱਧਰ ਆ, ਇੱਧਰ ਆ, ਆ ਖਾ ਬੈਠ। ਉਹ ਖਾਧੀਆਂ ਮੈਂ ਅੱਗੇ, ਮੇਰੇ ਕਹਿੰਦੇ ਕੋਈ ਖਾ ਬੈਠ। ਮਿੱਠੇ ਦਾ ਸਵਾਦ ਆਉਂਦਿਆ ਕਿ ਜਾਂ ਨਹੀਂ ਆਉਂਦਿਆ? ਮਿੱਠੇ ਦਾ ਸਵਾਦ ਮਾੜਾ ਮੋਟਾ ਹੀ ਆਉਂਦਿਆ, ਨਿਰਾ ਤਾਂ ਲੂਣ ਪਾਇਆ ਵਿੱਚ ਜ਼ਹਿਰ ਕੀਤਾ ਆ। ਤੇ ਇੱਥੋਂ ਸੋਚੋ ਨਾ, ਮੈਂ ਖੰਡ ਵੀ ਤੇ ਵਿੱਚੇ ਲੂਣ ਦੋਵੇਂ ਚੀਜ਼ਾਂ ਇਕੱਠੀਆਂ ਤਾਂ ਨਾ ਪਾਲਣੀਆਂ, ਐਡੀ ਤਾਂ ਮੈਂ ਪਾਗਲ ਹੈ ਹੀ ਨਹੀਂ ਨਾ। ਵੇਖ ਪ੍ਰੀਤ ਤੂੰ ਹੀ ਬਣਾਈਆਂ ਆ, ਤੈਨੂੰ ਪਤਾ ਹੋਊਗਾ। ਵਿੱਕੀ ਮੈਨੂੰ ਪੱਕਾ ਪਤਾ, ਇਹ ਜਿਹੜਾ ਕੰਮ ਵਾ ਨਾ ਇਹ ਦੀਦੀ ਕਰ ਸਕਦੇ ਆ, ਹੋਰ ਕੋਈ ਨਹੀਂ ਕਰ ਸਕਦਾ। ਤੂੰ ਹੱਦ ਗਾਂਢੀ ਆ, ਤੂੰ ਵੇਖਿਆ ਉਹਨਾਂ ਨੂੰ ਇਹ ਕੰਮ ਕਰਦਿਆਂ? ਬੇਸ਼ੱਕ ਮੈਂ ਮਨ ਦਾ ਭਾਬੀ ਲੜਦੀ ਆ, ਪਰ ਐਡੇ ਵੀ ਪਾਗਲ ਨਹੀਂ ਹੈਗੇ ਕਿ ਘਰ ਦੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਖਰਾਬ ਕਰਨਗੇ। ਹੁਣ ਹੋਰ ਕੋਈ ਕਰ ਹੀ ਨਹੀਂ ਸਕਦਾ। ਰੀਤੀ ਜਿੰਨਾ ਚਿਰ ਰੱਖੀ ਨਾ ਵੇਖੀਏ, ਉਹਨਾਂ ਚਿਰ ਕਿਸੇ ਤੇ ਇਲਜ਼ਾਮ ਨਹੀਂ ਲਾਈਦਾ ਹੁੰਦਾ। ਇਹ ਵੀ ਮੇਰੇ ਦੁਆਰੇ ਹੋਣ ਲੱਗ ਪਿਆ,
पक्की गल आ, काम उन्हां दा ही आ। ये जिहड़ी बुढ़ी है ना, सारे नूं अपने मंगर लाई जांदी आ, मेरे खिलाफ करी जांदी आ। प्रीत संदीप बाहर आओ, आओ मैं तुहाडे लई सूट लैके आई। ਹਾਂਜੀ ਆ ਸੂਟ ਲਿਆਂਦੇ ਤੁਹਾਡੇ ਵੀ ਵੱਲੋਂ। ਆ ਲਓ ਮੰਮੀ ਜੀ ਪਾਣੀ। दुकान ते रह गई। बस बस मम्मी रहन दो, शदैन ना बनाओ मेनू। ओहो दीदी नाराज कर तो होंगे जी, जे तुहानू आ सूट पसंद है तो कोई नहीं, तुसी आ सूट रख लो, मैं वो रख लैनी आ। नहीं नहीं तू इदा कर, तू आ भी रख ला, तेनू दोवें पसंद है ना तो तू दोवें सी ला। मैं सारी उम्र मुड़ के मेहने थले नहीं आना कि मैं अपनी पसंद वाला सूट तेनू देता ही। अपना अपने कोल ही रख, तो मेरा भी रख ला। मम्मी जी किन्ने सोहने सूट आ, जान के बिना मतलब तो डे ना नाराज होना। होर की बड़े सोहने सूट लियांदे, मैं अज आखिया भी चल सोहने लगनगे, चा चढ़ जाना इन्होंने मेरे वाल वेख के भी मम्मी ने सूट लियांदे, तो उन्हें तो सत्ती कपड़ी अग ही लाती है। मम्मी उन्होंने नहीं कभी भी चा चढ़ना, जिन्ना मर्जी महंगा तो महंगा वधिया तो वधिया सूट लिया के दे दो इन्हों भावे। पोते का मैं हिसाब ला लिया, इन तो चीज़ा की भी नहीं कदर, तो ना इन जिया की कदर आ, इन्हें तो कितने मान तान रखना भी नहीं आता है। जा एक बार होर पुछ ला उन्हों, शायद एक समा ही लवे। मम्मी जी ये ना गल करके ज़्यादा भूए चढ़ती है कि मैनू वार बार पुछ रहे, चुप करके मम्मी तुम आह सूट सवा लो तो आह मैं सवा लैनी हाँ, ठीक है ना। सूट लिया 350 वाला सूट लिया के मत्थे मार देना हुंदा। मैं जी तेरे लिए सूट लिया, मैनू भला पता नहीं वधिया केड़ा ते माड़ा केड़ा है। एक आ बंदा वा सवेर दे फोन लाउन डई हाँ, कि फोन चुकन का ना नहीं लैन डिया। ਕਰਦੀ ਆ ਨਾ ਇਹਨਾਂ ਦੇ ਪੱਕੇ ਇਲਾਜ, ਇਹ ਤੇ ਗਿੱਜੇ ਆ ਨਾ। The number you have dialed. ਇੱਕ ਵਾਰੀ ਫੋਨ ਚੁੱਕ ਲਵੇ ਸਹੀ, ਨੇਰੀ ਤੇ ਇਹਦੀ ਵੀ ਲਿਆਉਂ ਚੰਗੀ। The number you have dialed is currently busy. ਪਤਾ ਨਹੀਂ ਕਿੱਥੇ ਬਿਜ਼ੀ ਹੋਇਆ ਰਹਿੰਦਾ ਹੈ, ਕਿਹੜੀਆਂ ਮਾਵਾਂ ਨਾਲ ਫੋਨ ਲਾ ਕੇ ਬੈਠਾ ਰਹਿੰਦਾ ਹੈ, ਮੈਨੂੰ ਤਾਂ ਕਦੀ ਲਾਇਆ ਨਹੀਂ। ਹੁਣ ਇਹਨੂੰ ਵੀ ਚੇਤਾ ਆ ਗਿਆ ਨੀਂਦ ਖਰਾਬ ਕਰਨ ਵਾਸਤੇ ਮੇਰੀ, ਸਵੇਰ ਦੀ ਫੋਨ ਲਾਉਂਦੀ ਹੈ ਸਵੇਰ ਦਾ ਚੁੱਕਿਆ ਨਹੀਂ ਹੈ। ਹੈਲੋ ਹਾਂ, ਤੇ ਤੁਸੀਂ ਕਿਹੜਾ ਚੁੱਕ ਲਿਆ ਸੀ? ਕੰਮ ਤੇ ਨਹੀਂ ਜਾ ਕੇ ਇਹਨੂੰ ਲਾ ਕੇ ਬਿਜੀ ਕੀਤਾ ਸੀ ਅੱਗਿਓ। ਮੈਂ ਤਾਂ ਫੋਨ ਕਰਨ ਡਈ ਸੀ ਕਿ ਮੈਂ ਅਕਾਊਂਟ ਆਪਣਾ ਖੁਲਾਉਣਾ ਹੈ ਤੇ ਪੇਮੈਂਟ ਸਿੱਧੀ ਮੇਰੇ ਅਕਾਊਂਟ 'ਚ ਆਉਣੀ ਚਾਹੀਦੀ ਹੈ, ਮੈਂ ਤੁਹਾਨੂੰ ਸਾਫ਼ ਸਾਫ਼ ਦੱਸਤਾ ਜੇ। ਹਾਂ ਸਾਰੀ ਉਮਰ ਮਾਂ ਪਿਓ ਦੇ ਮਗਰ ਮਗਰ ਤੁਰੇ ਫਿਰੇ ਹੋ, ਮੇਰੀ ਲੋੜੀ ਕੀ ਸੀ ਤੁਹਾਨੂੰ ਵਿਆਹ ਕੇ ਲਿਆਉਣ ਦੀ? ਜੇ ਮਾਂ ਪਿਓ ਦੇ ਪੱਲੇ ਨਾ ਬੱਜੇ ਰਹਿਣਾ ਸੀ ਤੇ ਰਹਿਣਾ ਸੀ ਨਾ ਕੁਆਰੇ, ਵਿਆਹ ਕਿਉਂ ਕਰਾਇਆ? ਮੈਨੂੰ ਨਹੀਂ ਖਰਚਾ ਪਾਣੀ ਚਾਹੀਦਾ ਅਲੱਗ, ਮੈਂ ਵੀ ਆਪਣੀਆਂ ਮਨਪਸੰਦ ਦੀਆਂ ਚੀਜ਼ਾਂ ਲਿਆਇਆ ਕਰਾਂ ਜੋ ਮੇਰਾ ਜੀ ਕਰੇ, ਆ ਘਰ ਦੇ ਜੋ ਮਰਜ਼ੀ ਚੁੱਕ ਕੇ ਲਿਆ ਕੇ ਦੇ ਦਿੰਦੇ ਆ ਲਓ, ਮੈਨੂੰ ਨਹੀਂ ਪਸੰਦ ਹੁੰਦਾ ਕੁਛ ਵੀ ਇਹਨਾਂ ਦਾ ਲਿਆਂਦਾ, ਠੀਕ ਆ ਨਾ? ਤੇ ਮੇਰੇ ਅਕਾਊਂਟ 'ਚ ਪੈਸੇ ਆਉਣੇ ਚਾਹੀਦੇ ਆ, ਪਹਿਲਾਂ ਤਾਂ ਕਮਾਈ ਨਹੀਂ ਸੀ ਕਰਦੇ ਤਾਂ ਸਿਆਪਾ ਸੀ, ਜੇ ਹੁਣ ਲੱਗ ਪਿਆ
ਤੇ ਹੁਣ ਪੈਸੇ ਘਰ ਦੇ ਦੇ ਅਕਾਊਂਟ 'ਚ ਪਾਉਣੇ ਆ। ਮੈਂ ਤੁਹਾਨੂੰ ਦੱਸਦਾ ਜੇ ਮੈਂ ਅਕਾਊਂਟ ਖੁਲਾਉਣਾ ਵੱਖਰਾ, ਉਹਦੇ ਵਿੱਚ ਪੈਸੇ ਆਉਣੇ ਚਾਹੀਦੇ ਤੁਹਾਡੇ ਸਿੱਧੇ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਜੇ। चल आ भी चंगा हो गया, टाइम ने मेरे कन खोल दिते आ, नहीं तो इन्हें बहाना लभ लेना ही कि तेरा किहड़ा कोई अकाउंट हैगा वा, पा देने ही सीधे माँ पा दे अकाउंट च पैसे। इदा कर दी हाँ वीर नू कहनी आ हुण कि आ जा ते मेरा अकाउंट खुला लीए टाइम ने ही। हैलो, हाँ वीर जी तू आ, हाँ बैंक च जाना वा अकाउंट खुलाउन जाना वा, वो आ जाओ बाकी साहब मैं तुहानू इत्थे आ के दस दी हाँ। हाँ जी हाँ जी आ जाओ। ਹੋਰ ਸੁਣਾਓ ਫਿਰ ਨਵੀਂ ਤਾਜੀ। ਸਭ ਠੀਕ ਠਾਕ ਵਧੀਆ। ਲੈ ਵੀ ਚਾਹ ਹੀ ਚੜ ਗਿਆ ਤੈਨੂੰ ਵੇਖ ਕੇ। ਚਲੋ ਮੈਂ ਵੀ ਜਾਣ ਡਿਆ ਸੀ ਕਦੇ ਕਰਦੇ ਤੇ ਮੈਂ ਜਾਂਦਾ ਭਰਾ ਨੂੰ ਮਿਲ ਚੱਲਦੇ। ਉਹ ਚੰਗਾ ਕੀਤਾ ਆ ਗਿਆ ਵਾਂ, ਜੇ ਕਿਤੇ ਜਾਂਦਾ ਇੱਥੋਂ ਨੰਗ ਮੈਨੂੰ ਮਿਲ ਤੋਂ ਬਗੈਰ ਤੇ ਫਿਰ ਤੈਨੂੰ ਪਤਾ ਲੱਗਣਾ ਸੀ ਮੁਨਸ਼ੀ ਦੀ ਪਾਵਰ ਦਾ ਧਾਰਾ ਮੈਂ ਤੇਰੇ ਤੇ ਉਹ ਲੋੜੀ ਜੇ ਤੁਹਾਨੂੰ ਮੁੜ ਕੇ ਨਿਕਲਦਾ ਵਾ। ਉਹ ਮੁਨਸ਼ੀ ਹੋਏਗਾ ਤੂੰ ਲੋਕਾਂ ਵਾਸਤੇ, ਮੇਰਾ ਤਾਂ ਤੂੰ ਭਰਾ ਵਾ। ਇਹ ਤਾਂ ਗੱਲ ਤੇਰੀ ਠੀਕ ਆ, ਉਹ ਮੈਂ ਵੀ ਤੈਨੂੰ ਮਾਨਣਾ ਹੀ ਕਹਿਣ ਡਿਆ, ਹੋਰ ਕਿਤੇ ਮੈਂ ਆਪਣੇ ਭਰਾ ਦੇ ਪਰਚਾ ਥੋੜ੍ਹਾ ਦੇ ਦੇਣਾ ਵਾ। ਦੱਸ ਉਹ ਲੋਕ ਥੋੜ੍ਹੇ ਆ ਪਰਚੇ ਦੇਣ ਨੂੰ? ਤੂੰ ਤਾਂ ਨਹੀਂ ਪਰਚਾ ਦਿੰਦਾ ਪਰ ਹੋਰ ਬੜੇ ਸਲਾਰੂ ਉੱਠੇ ਸੀ ਮੇਰੇ 'ਤੇ ਪਰਚਾ ਦੇਣ ਨੂੰ। ਉਹ ਕਿਹੜਾ ਉੱਠ ਪਿਆ ਤੇਰੇ 'ਤੇ ਪਰਚਾ ਦੇਣ ਵਾਲਾ? ਗੱਲ ਤਾਂ ਕਰ ਇੱਕ ਵਾਰੀ, ਹੁਣੇ ਅੰਦਰ ਸੁੱਟ ਗਿਆ ਕਹਿੰਦੇ। ਉਹ ਨਹੀਂ ਨਹੀਂ, ਉਹ ਇੱਕ ਦੋ ਬੰਦਾ ਉੱਠਿਆ ਸੀ, ਸੂਤਰ ਮੈਂ ਖੁਦ ਹੀ ਕਰ ਲਿਆ ਸੀ, ਇਹੋ ਜਿਹੀ ਕੋਈ ਗੱਲ ਨਹੀਂ ਆ। ਉਹ ਫਿਕਰ ਨਾ ਕਰ, ਜਿੰਨਾ ਚਿਰ ਤੇਰਾ ਭਰਾ ਬੈਠਾ ਨਾ ਤੇਰੇ 'ਤੇ ਕੋਈ ਪਰਚਾ ਪੁਰਚਾ ਨਹੀਂ ਹੁੰਦਾ, ਨਜ਼ਾਰੇ ਲੈ ਨਜ਼ਾਰੇ। ਨਾਲੇ ਉਹ ਛੱਡ ਤੂੰ ਗੱਲ, ਦੂਜੀ ਗੱਲ ਦੱਸ ਮੈਨੂੰ ਵੀ ਉਹ ਕੁੜੀ ਦਾ ਕਿੱਦਾਂ ਵਾ, ਉਹਦੇ ਸਹੁਰਿਆਂ ਨਾਲ ਮੇਲ ਮਿਲਾਪ ਕਿੱਦਾਂ ਵਾ, ਠੀਕ ਠਾਕ ਨੇ ਬੰਦੇ? ਉਹ ਠੀਕ ਠਾਕ ਨਾ ਵੀ ਹੋਣ ਤਾਂ ਠੀਕ ਕਰਨਾ ਤਾਂ ਅਸੀਂ ਜਾਣਦੇ ਹਾਂ, ਉਹ ਤਾਂ ਮੈਨੂੰ ਤੇਰਾ ਪਤਾ ਹੀ ਆ। ਬਾਕੀ ਕੁੜੀ ਦਾ ਪਤਾ ਤੈਨੂੰ, ਨੱਕੇ 'ਚ ਨਕਾ ਕੇ ਰੱਖੇ ਉਹਨੇ ਸਾਰੇ। ਫਿਕਰ ਨਾ ਕਰੀ, ਪਰਵਾਹ ਨਹੀਂ ਕਰਨੀ ਕਿਸੇ ਗੱਲ ਦੀ, ਜੇ ਲੋੜ ਪਊ ਤਾਂ ਦੱਸ ਦੀ, ਲਿਆ ਕੇ ਮਾਰਾਂਗੇ ਅੰਦਰ, ਦੋ ਦਿਨ ਮੱਛਰ ਲੜਾ ਦਿਆਂ ਤਕਲੇ ਕਰਕੇ ਸਿੱਧੇ ਹੋ ਜਾਣਗੇ ਇੱਕ ਵਾਰੀ। ਨਹੀਂ ਨਹੀਂ, ਇੰਨੇ ਜੋਗੇ ਨਹੀਂ ਆ ਉਹ, ਪਿੱਛੇ ਹੋਈ ਸੀ ਮਾੜੀ ਜਿਹੀ ਗੱਲ, ਉਹ ਭਰਾ ਮੈਂ ਪਿਸਟਲ ਕੱਢ ਕੇ ਟੇਬਲ 'ਤੇ ਰੱਖਤਾ, ਉਹ ਸਾਰੇ ਟੱਬਰ ਦੇ ਸਾਹ ਹੀ ਸੁੱਕ ਗਏ, ਜੀ ਜੀ ਕਰਦੇ ਫਿਰਨ। ਅੱਛਾ, ਫਿਰ ਤਾਂ ਬਹੁਤੇ ਸਾਊ ਆ, ਭਗਤਾ ਬੰਦੇ ਫਿਰ ਹੈਂ। ਚੱਲ ਕੋਈ ਗੱਲ ਨਹੀਂ, ਜੇ ਇੱਦਾਂ ਦੇ ਆ ਨਾ ਅਤੇ ਐਵੇਂ ਜ਼ਿਆਦਾ ਨਜਾਇਜ਼ ਰੋਗ ਵੀ ਨਾ ਮਾਰੀ, ਹੈਂ ਫਿਰ ਵੀ ਰਿਸ਼ਤੇਦਾਰ ਆ ਆਪਣੇ। ਨਹੀਂ ਨਹੀਂ, ਉਹਨਾਂ ਨੂੰ ਸਮਝਾਉਣਾ ਸੀ, ਉਹ ਮਾੜਾ ਜਿਹਾ ਸਮਝਾ ਤਾ ਉਹਨਾਂ ਨੂੰ। ਉਹ ਚੱਲ ਠੀਕ ਆ, ਸਮਝ ਗਏ ਤਾਂ ਗੱਲ ਮੁੱਕ ਗਈ, ਲਾਈਏ ਫਿਰ ਸੇਠ ਸੇਠ। ਨਹੀਂ ਨਹੀਂ ਨਹੀਂ, ਉਹ ਕੁੜੀ ਨੇ ਫੋਨ ਕੀਤਾ, ਤੁਹਾਨੂੰ ਤਾਂ ਪਤਾ ਹੀ ਉਹਦਾ ਸੁਭਾਅ ਦਾ, ਉਹ ਕਹਿੰਦੀ ਬੈਂਕ ਜਾਣਾ ਸੀ ਕੋਈ ਕੰਮ ਆ। ਉਹ ਮੈਂ ਤਾਂ ਆਪ ਲੱਭਦਾ ਫਿੰਡਿਆ ਵੀ ਕੋਈ ਸੱਜਣ ਮਿੱਤਰ ਆਵੇ। ਫਿਰ ਬੈਠਾਂਗੇ ਕਿਸੇ ਦਿਨ, ਕੋਈ ਗੱਲ ਨਹੀਂ, ਦੋਵੇਂ ਭਰਾ ਬੈਠਾਂਗੇ, ਲਾਵਾਂਗੇ ਸੇਠ ਸੇਠ ਪਰ। ਵੇਖ ਲਾ, ਨਾਲੇ ਮੈਂ ਚੌਂਕੀ ਵੀ ਆਉਣਾ ਵਾਂ, ਤੁਹਾਡੇ ਇੰਚਾਰਜ ਨੂੰ ਮਿਲਾਂਗੇ, ਉਹਦਾ ਵੀ ਨੇੜਤਾ ਵਧਾਉਣੇ ਥੋੜ੍ਹੀ ਬਹੁਤ। ਉਹ ਜਦੋਂ ਮਰਜ਼ੀ ਆ, ਚੌਂਕੀ ਦਾ ਫਿਕਰ ਨਾ ਕਰਿਆ ਕਰ, ਉਹ ਤੂੰ ਮੇਰੇ 'ਤੇ ਛੱਡਦੇ ਸਾਰਾ ਕੁਝ। ਚਲੋ ਠੀਕ ਆ, ਦੋ ਇਜਾਜ਼ਤ ਫਿਰ ਮਿਲਦੇ ਕਰੇ। ਚੱਲ ਠੀਕ ਆ, ਵੇਖ ਲਾ ਜਿਹਾ ਟਾਈਮ 'ਤੇ ਬਹਿ ਜਾ। ਨਹੀਂ ਫਿਰ ਬੈਠਾਂਗੇ ਤੈਨੂੰ, ਹੁਣ ਕੁੜੀ ਨੇ ਬੁਲਾਇਆ ਜਲਦੀ। ਚੱਲ ਠੀਕ ਆ ਮੇਰਾ ਭਰਾ, ਤੁਹਾਨੂੰ ਪਤਾ ਤਾਂ ਹੈਗਾ, ਛੱਡ ਕੇ ਆਵਾਂ ਫਿਰ, ਪਤਾ ਤਾਂ ਹੈਗਾ ਉਹਦਾ। ਠੀਕ ਆ, ਭਰਾ ਉਹ ਤਾਂ ਮੈਂ ਡਰਦਾ, ਲੋਕ ਮੇਰੇ ਤੋਂ ਡਰਦੇ, ਮੈਂ ਉਹ ਤੋਂ ਡਰਦਾ ਵਾਂ। ਉਹ ਚੱਲ ਕੋਈ ਨਹੀਂ, ਉਹ ਫਿਰ ਆਪਣੀ ਭੈਣ ਆ, ਉਹਦਾ ਸੁਭਾਅ ਵੀ ਆਪਣੇ ਵਰਗਾ ਹੋਣਾ।